ਇਹ ਵੀਡੀਓ ਦਿੱਲੀ ਦੇ ਗਾਜੀਪੁਰ ਦੀ ਹੈ ਜਿੱਥੇ ਤੇਜ਼ ਰਫ਼ਤਾਰ ਕਾਰ ਸੜਕ ਦੇ ਉੱਤੇ ਲੱਗੀਆਂ ਦੁਕਾਨਾਂ ਦੇ ਵਿੱਚ ਆਵਜਦੀ ਹੈ ਦੱਸਣਯੋਗ ਹੈ ਕਿ ਸਥਾਨਕ ਲੋਕਾਂ ਨੇ ਗੱਡੀ ਦੇ ਜਿੱਥੇ ਪੰਨ ਤੋੜ ਕੀਤੀ ਤਾਂ ਉੱਥੇ ਹੀ ਡਰਾਈਵਰ ਦੀ ਵੀ ਕੁਟਮਾਲ ਕੀਤੀ ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਦਰਸਲ پولیس ਦੇ ਹਵਾਲੇ ਦੇ ਨਾਲ ਇਹ ਦੱਸਿਆ ਗਿਆ ਹੈ ਕਿ ਬੁੱਧਵਾਰ ਨੂੰ ਦਿੱਲੀ ਦੇ ਗਾਜੀਪੁਰ ਖੇਤਰ ਦੇ ਵਿੱਚ ਇੱਕ 22 ਸਾਲਾ ਔਰਤ ਦੀ ਕਾਰ ਹੇਠਾਂ ਆਉਣ ਦੀ ਵਜ੍ਹਾ ਨਾਲ ਮੌਤ ਹੋ ਗਈ ਜਦਕਿ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ ਮ੍ਰਿਤਕ ਦੀ ਪਛਾਣ ਗਾਜ਼ੀਆਬਾਦ ਦੀ ਸੀਤਾ ਦੇਵੀ ਵਜੋਂ ਹੋਈ ਹੈ ਇਹ ਘਟਨਾ ਰਾਤ 9 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਦ ਬਾਜ਼ਾਰ ਦੇ ਇਲਾਕੇ ਦੇ ਵਿੱਚ ਤੇਜ਼ ਰਫ਼ਤਾਰ ਕਾਰ ਆਵੜਦੀ ਹੈ ਕਾਰ ਦੇ ਵੱਲੋਂ ਸੜਕ ਦੇ ਉੱਤੇ ਲੱਗੀਆਂ ਦੁਕਾਨਾਂ ਨੂੰ ਜਿੱਥੇ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਉੱਥੇ ਹੀ ਇੱਕ ਦੀ ਜਾਨ ਵੀ ਲੈ ਲੈਂਦੀ ਹੈ ਦੱਸਣਯੋਗ ਹੈ ਕਿ ਇਸ ਮੌਕੇ ਉੱਥੇ ਮੌਜੂਦ ਲੋਕ ਕਾਰ ਨੂੰ ਅਤੇ ਡਰਾਈਵਰ ਨੂੰ ਚਾਰੇ ਪਾਸਿਓਂ ਘੇਰਾ ਪਾ ਲੈਂਦੇ ਨੇ ਪਰ ਇਸ ਦੌਰਾਨ ਡਰਾਈਵਰ ਉਥੋਂ ਦੀ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਅੱਗੇ ਜਾ ਕੇ ਲੋਕ ਉਸ ਨੂੰ ਫਿਰ ਘੇਰਾ ਪਾ ਲੈਂਦੇ ਨੇ ਦਸਨ ਯੋਗ ਹੈ ਕਿ ਸੋਸ਼ਲ ਮੀਡੀਆ ਦੇ ਉਤੇ ਸਾਂਝੀ ਕੀਤੀ ਗਈ ਘਟਨਾ ਦੀ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉਤੇ ਵੇਖਿਆ ਜਾ ਸਕਦਾ ਹੈ ਕਿ ਗੁੱਸੇ ਦੇ ਵਿੱਚ ਆਈ ਭੀੜ ਕਾਰ ਡਰਾਈਵਰ ਦੀ ਜਮ ਕੇ ਕੁੱਟਮਾਰ ਕਰਦੀ ਹੈ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਫਿਲਹਾਲ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਜ਼ਖਮੀ ਨੂੰ ਜਥੇ ਇਲਾਜਤ ਦੇ ਵਿੱਚ ਲਿਆ ਗਿਆ ਹੈ ਤਾਂ ਉੱਥੇ ਹੀ ਉਸ ਦਾ ਇਲਾਜ ਵੀ ਚੱਲ ਰਿਹਾ ਹੈ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ ਜਦੋਂ ਚੱਲ ਰਹੀ ਉਸ ਦੇ ਵੱਲੋਂ ਅਜਿਹੀ ਘਟਨਾ ਦਾ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਆਖਰਕਾਰ ਇਹ ਪਤਾ ਲਗਾਇਆ ਜਾ ਸਕੇ ਕਿ ਵਾਕੇ ਦੇ ਵਿੱਚ ਹੀ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਅੱਜ ਦੀ ਆਵਾਜ਼